ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪਟਿਆਲਾ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਦੇ ਗਵਰਨਰ ਪੰਜਾਬ ਬੀਐਲ ਪੁਰੋਹਿਤ ਦੁਆਰਾ ਪਟਿਆਲਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਉਸ ਤੋਂ ਬਾਅਦ ਪਰੇਡ ਤੋਂ ਸਲਾਮੀ ਵੀ ਲਈ ਗਈ ਤੇ ਮਾਰਚ ਪਾਸਟ ਪਰੇਡ ਕੀਤੀ ਗਈ। ਇਸ ਮੌਕੇ ਤੇ ਪੰਜਾਬ ਦੇ ਨਾਲ ਸੰਬੰਧਿਤ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਹ ਉਹੀ ਝਾਕੀਆਂ ਹਨ ਜਿਨ੍ਹਾਂ ਨੂੰ ਦਿੱਲੀ ਪਰੇਡ ਵਿੱਚ ਕੇਂਦਰ ਸਰਕਾਰ ਸ਼ਾਮਿਲ ਨਹੀਂ ਸੀ ਕਰ ਰਿਹਾ। ਸੁੰਦਰਤਾ ਤੇ ਤੰਦਰੁਸਤੀ ਉਦਯੋਗ ਵਿੱਚ ਪ੍ਰਮੁੱਖ ਨਾਮ ਲੁਕਸ ਸੈਲੂਨ ਨੇ ਮੋਹਾਲੀ ਵਿੱਚ ਆਪਣੇ ਨਵੀਨਤਮ ਸੈਲੂਨ ਦਾ ਸ਼ਾਨਦਾਰ ਉਦਘਾਟਨ ਕਰਕੇ ਪੰਜਾਬ ਵਿੱਚ ਆਪਣੀ ਚੇਨ ਦਾ ਵਿਸਥਾਰ ਕੀਤਾ, ਜੋ ਕਿ ਆਪਣੀ ਕੀਮਤੀ ਗਾਹਕਾਂ ਨੂੰ ਵਧੀਆ ਸੇਵਾ ਤੇ ਅਨੁਭਵ ਪ੍ਰਦਾਨ ਕਰਨ ਲਈ, ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਬ੍ਰਾਂਡ ਦੀ ਵਚਨਬੱਧਤਾ ਵਿੱਚ ਇੱਕ ਹੋਰ ਮੀਲ ਪੱਥਰ ਹੈ। ਇਸ ਮੌਕੇ ਲੁਕਸ ਸੈਲੂਨ ਦੇ ਸੰਸਥਾਪਕ ਤੇ ਚੇਅਰਮੈਨ ਸੰਜੇ ਦੱਤਾ ਨੇ ਕਿਹਾ ਕਿ ਮੋਹਾਲੀ ਨੇ ਕੇਂਦਰ ਵਿੱਚ ਸਥਿਤ ਇਹ ਲੁਕਸ ਸੈਲੂਨ ਸ਼ੁੱਧਤਾ ਵੇਰਵਿਆਂ ਦੇ ਉਦੇਸ਼ ਨਾਲ ਇੱਕ ਆਰਾਮਦਾਇਕ ਮਾਹੌਲ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ, ਜਿੱਥੇ ਗ੍ਰਾਹਕ ਸ਼ਾਂਤੀ ਤੇ ਲਗਜ਼ਰੀ ਮਹਿਸੂਸ ਕਰ ਸਕਦਾ। ਸੈਲੂਨ ਦਾ ਆਲੀਸ਼ਾਨ ਤੇ ਸ਼ਾਨਦਾਰ ਮਾਹੌਲ ਗਾਹਕਾਂ ਨੂੰ ਆਰਾਮ ਤੇ ਸ਼ੈਲੀ ਪ੍ਰਦਾਨ ਕਰਦਾ ਹੈ। अभी वर्किंग ऑन सम सॉन्ग सिंगल्स एंड फ्यू सिंगल्स, तो जल्दी जल्दी एल्बम कमिंग अप। एल्बम नहीं, सिंगल्स ही कर रहा हूँ मैं अभी। एल्बम पे काम करूँगा थोड़ा, जब ज़्यादा टाइम मिलेगा मेरे को। यहाँ तक आया तो सर कुछ सुनाना तो पड़ेगा। कौन सा गाना सुनोगे? कुड़ी मैनू कहंदी मैनू जुत्ती लै दे सोहणिया, मैं कहना गोरीए ना 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 गोरीए, कन्न चुमकै नू ਤਰਸਦੇ ਰਹਿ ਗਏ ਸੋਹਣਿਆ, ਮੈਂ ਕਹਿੰਦਾ ਗੋਰੀਏ ਨਾ 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 ਗੋਰੀਏ। ਯਹਾਂ ਪੇ ਸਰਵਿਸ ਐਂਡ ਐਵਰੀਥਿੰਗ, ਹਾਸਪਿਟੈਲਿਟੀ, ਬਹੁਤ ਸਭ ਕੁਛ ਆਪਕੋ ਏ ਕਲਾਸ ਮਿਲੇਗਾ। ਬਾਕੀ ਹਮਾਰੇ ਬੰਦੇ ਹੈ ਯਹਾਂ ਪੇ ਜੋ ਆਪਕੋ ਅੱਛੇ ਤਰੀਕੇ ਸੇ ਬਤਾ ਸਕਤੇ ਹੈ, ਕਿਉਂਕਿ ਮੈਂ ਤੋ ਆਪਣੇ ਲਈ, ਮੇਰੇ ਕੋਲ ਜ਼ਿਆਦਾ ਐਸੇ, ਆਈ ਕੈਨ ਜਸਟ ਸੇ ਫਿਊ ਵਰਡਸ, ਯੂ ਕੈਨ ਆਲਸੋ ਸੀ ਦ ਵੇ ਇਟ ਇਜ਼ ਬਿਲਟ। ਐਸਾ ਮੇਰੇ ਕੋਲ ਲੱਗਤਾ ਨਹੀਂ ਆਸ ਪਾਸ ਮੈਂ ਕੁਛ ਜਿਸ ਤਰੀਕੇ ਸੇ ਬਣਾ ਹੁਆ। ਨਵੀਨ ਗਰੋਵਰ ਹੈ, ਇਹ ਹਮਾਰੀ ਸੈਕਿੰਡ ਬ੍ਰਾਂਚ ਹੈ, ਫਸਟ ਬ੍ਰਾਂਚ ਇਨ ਟ੍ਰਾਈ ਸਿਟੀ, ਸੈਕਿੰਡ ਇਨ ਪੰਜਾਬ। ਇਹ ਯੂਨੀਕ ਐਸੇ ਹੈ ਕਿ ਐਟਮੋਸਫੇਅਰ ਫਰੈਂਡਲੀ ਐਟਮੋਸਫੇਅਰ, ਅੱਛਾ ਸਟਾਫ, ਅੱਛੀ ਸਰਵਿਸਿਸ। ਚੈਲੇਂਜ ਹਮਾਰਾ ਕੋਈ ਚੈਲੇਂਜ ਨਹੀਂ ਹੈ, ਸਭ ਕਾ ਕਾਮ ਹੈ, ਬਟ ਹਮਾਰੇ ਪਾਸ ਸਰਵਿਸ ਹੈ ਉਹ ਹਮਾਰੇ ਪਾਸ ਹੀ ਹੈ ਸਿਰਫ, ਉਹ ਟ੍ਰਾਈ ਸਿਟੀ ਮੈਂ ਕਿਸੇ ਕੇ ਪਾਸ ਨਹੀਂ ਮਿਲੇਗੀ। ਬੇਸਿਕਲੀ ਕਰੇਸਾਸ ਹੈ, ਐਸਾ ਬ੍ਰਾਂਡ ਹੈ ਹੇਅਰ ਕੇ ਲਈ ਬ੍ਰਾਂਡ ਹੋਤਾ ਹੈ, ਇਹ ਟ੍ਰਾਈ ਸਿਟੀ ਮੈਂ ਹੈ, ਥੋੜ੍ਹਾ ਸਲੋਨ ਗਏ, ਜੋ ਅਰੇਂਜ ਹਮਾਰੇ ਪਾਸ ਉਹ ਕਿਸੇ ਕੇ ਪਾਸ ਨਹੀਂ। ਉਸ ਦਾ ਲਾਮਿਸ਼ ਹੈ, ਲੁਕਸ ਆਪਣਾ ਬ੍ਰਾਂਡ ਹੈ, ਉਸ ਦਾ ਨੇਚਰ ਲਿਵ ਹੈ, ਪੈਡੀਕਿਓਰ ਕੇ ਲਈ ਪੈਡੀ ਲੈਬਸ ਵਗੈਰਾ ਹੈ, ਸਭ ਅੱਛਾ, ਜੋ ਸਿਰਫ ਹਮਾਰੇ ਪਾਸ ਹੀ ਔਰ ਕਿਸੇ ਕੇ ਪਾਸ ਨਹੀਂ ਹੈ। ਯਹਾਂ ਪੇ ਆਪਕੋ ਔਰਗੈਨਿਕ ਪ੍ਰੋਡਕਟਸ ਹੀ ਮਿਲ ਰਹੇ ਹੈ, ਯੇ ਨਹੀਂ ਕੈਮੀਕਲਸ ਮੇਂ ਜਾ ਰਹੇ ਹੋ। ਅਗਰ ਸਕਿਨ ਕਾ ਵੀ ਕਰਵਾਤੇ ਹੈ, ਅੱਜ ਕੱਲ੍ਹ ਮੋਸਟਲੀ ਹਮੇਂ ਯਹੀ ਹੋਤਾ ਹੈ, 15 ਡੇਜ਼ ਕੇ ਬਾਅਦ ਹਮਾਰਾ ਰਿਜ਼ਲਟ ਜੋ ਹੈ ਉਹ ਐਸੇ ਹੋਤਾ ਹੈ, ਸਕਿਨ ਡਲ ਹੋਣੀ ਸ਼ੁਰੂ ਹੋ ਜਾਤੀ ਹੈ। ਪਰ ਜੋ ਪ੍ਰੋਡਕਟਸ ਹੈ ਉਹ ਬਿਲਕੁਲ ਨੈਚੁਰਲੀ ਔਰਗੈਨਿਕ ਪ੍ਰੋਡਕਟਸ ਮੇਂ ਹੈ, ਨੇਚਰਲੀ ਮੇਂ ਜਾਓਗੇ, ਲੈਮਿਸ਼ ਮੇਂ ਜਾਓਗੇ, ਬਿਲਕੁਲ ਨੋਟ ਕੈਮੀਕਲ। ਯੇ ਇਨਫੈਕਟ ਆਪਕੋ ਔਨਲਾਈਨ ਵੀ ਨਹੀਂ ਮਿਲ ਪਾਏਗੇ ਪ੍ਰੋਡਕਟਸ। ਮੈਕਸੀਮੇਰੀ ਸਕੂਲ ਵਿੱਚ ਦੇਸ਼ ਭਗਤੀ ਦੇ ਇੱਕ ਜਜ਼ਬੇ ਵਾਲੇ ਪ੍ਰਦਰਸ਼ਨ ਵਿੱਚ ਅੱਜ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਮੌਕੇ ਇੱਕ ਸ਼ਾਨਦਾਰ ਗਣਤੰਤਰਤਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਤੇ ਦਿਨ ਦੀ ਸ਼ੁਰੂਆਤ ਇੱਕ ਵਿਸ਼ੇਸ਼ ਸਵੇਰ ਦੀ ਸਭਾ ਨਾਲ ਹੋਈ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਝੰਡਾ ਲਹਿਰਾਉਣ ਦੀ ਰਸਮ ਸੀ, ਜਿੱਥੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੇ ਇਕਜੁੱਟ ਹੋ ਕੇ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਝੰਡਾ ਲਹਿਰਾਉਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਕੀਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਨੇ ਜਸ਼ਨਾਂ ਵਿੱਚ ਅਨੁਸ਼ਾਸਨ ਅਤੇ ਵਿਵਸਥਾ ਨੂੰ ਹੋਰ ਵਧਾ ਦਿੱਤਾ। ਖੇਡ ਗਤੀਵਿਧੀਆਂ ਨੇ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਊਰਜਾ ਤੇ ਉਤਸ਼ਾਹ ਨਾਲ ਭਰਿਆ ਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।
ਸਮਾਰੋਹ ਦੀ ਸਮਾਪਤੀ ਪ੍ਰਾਪਤੀ ਅਤੇ ਮਾਣ ਦੀ ਭਾਵਨਾ ਨਾਲ ਹੋਈ, ਜਿਸ ਨੇ ਵਿਦਿਆਰਥੀਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੀ। ਜ਼ਿਲ੍ਹਾ ਨਵਾਂਸ਼ਹਿਰ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਚੋੜੇਮਾਜਰਾ ਨੇ ਗਣਤੰਤਰਤਾ ਦਿਵਸ ਮੌਕੇ ਨਵਾਂਸ਼ਹਿਰ ਦੇ ਆਈਟੀ ਗਰਾਊਂਡ ਵਿੱਚ ਕੌਮੀ ਝੰਡਾ ਲਹਿਰਾਇਆ ਤੇ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਾ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਅਸੀਂ ਇਹਨਾਂ ਯੋਧਿਆਂ ਦੀ ਕੁਰਬਾਨੀ ਸਦਕਾ ਹੀ ਖੁੱਲ੍ਹੀ ਹਵਾ ਦਾ ਆਨੰਦ ਮਾਣ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ 26 ਜਨਵਰੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਸਹੁੰ ਵੀ ਜਿਹੜੀ ਇੱਥੇ ਆ ਕੇ ਚੁੱਕੀ ਸੀ, ਸੋ ਉਹਨਾਂ ਦੇ ਕਦਮਾਂ 'ਤੇ ਚੱਲਦੇ ਹੋਏ ਅਸੀਂ ਸਾਰੀ ਜਿੰਨੀ ਟੀਮ ਹੈ ਮਾਨ ਸਾਹਿਬ ਦੀ, ਉਹ ਸਾਰੇ ਅਸੀਂ ਉਹਨਾਂ ਸੂਰਵੀਰਾਂ ਨੂੰ, ਯੋਧਿਆਂ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਅੱਜ 26 ਜਨਵਰੀ ਦਾ ਜਿਹੜਾ ਦਿਨ ਹੈ, ਸੋ ਇਸ ਕਰਕੇ ਅਸੀਂ ਇੱਥੇ ਨਤਮਸਤਕ ਹੋਣ ਵਾਸਤੇ ਆਏ ਹਾਂ ਔਰ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਸ਼ੁਰੂ। ਆਸ਼ਿਕੀ ਦਾ ਭੂਤ ਇੰਨਾ ਸਿਰ ਤੇ ਸਵਾਰ ਸੀ ਕਿ ਚਾਰ ਬੱਚਿਆਂ ਦੀ ਮਾਂ ਨੇ ਨਾ ਤਾਂ ਆਪਣੀ ਇੱਜ਼ਤ ਵੇਖੀ ਅਤੇ ਨਾ ਹੀ ਪਰਿਵਾਰ ਦੀ 5 ਸਾਲ ਦੀ ਲੱਗੀ ਯਾਰੀ ਟੁੱਟ ਗਈ ਧੜਕ ਕਰਕੇ। ਮਾਮਲਾ ਬਟਾਲੇ ਦੇ ਨੇੜੇ ਗੁਰਦੁਆਰਾ ਅਚਲ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ, ਚਾਰ ਬੱਚਿਆਂ ਦੀ ਮਾਂ ਆਪਣੇ ਆਸ਼ਿਕ ਅਵਤਾਰ ਸਿੰਘ ਨਿਵਾਸੀ ਮਰੜ ਦਾ, ਜਿਸਦਾ ਵਿਆਹ ਹੋ ਰਿਹਾ ਹੁੰਦਾ ਹੈ ਤੇ ਪਹਿਲਾਂ ਨੂੰ ਮਹਿਲਾ ਨੂੰ ਜਦੋਂ ਭਿਣਕ ਲੱਗ ਜਾਂਦੀ ਹੈ ਤੇ ਉਹ ਉੱਥੇ ਪਹੁੰਚ ਜਾਂਦੀ ਹੈ ਆਪਣੇ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਅਤੇ ਰੱਜ ਕੇ ਕਰਦੀ ਹੈ ਹਾਈ ਵੋਲਟੇਜ ਡਰਾਮਾ, ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਮਹਿਲਾ ਨੂੰ ਸੁਣਾਉਂਦੀ ਹੈ ਖਰੀਆਂ ਖਰੀਆਂ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਵੀ ਕਰਾਇਆ ਤੇ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਕੇ ਜਾਂਦੀ ਹੈ ਤੇ ਜਿਸ ਲੜਕੀ ਦਾ ਵਿਆਹ ਹੋਣ ਜਾ ਰਿਹਾ ਸੀ ਉਸਨੂੰ ਤੇ ਉਸਦੇ ਸਾਰੇ ਗਹਿਣੇ ਅਤੇ ਖਰਚਾ ਉਸਨੂੰ ਦਿੱਤਾ ਜਾਂਦਾ ਹੈ। ਤੇਰਾ ਖਸਮ ਚੰਗਾ ਬੜਾ ਸਾਹਮਣੇ ਵਾਲਾ, ਤੇਰੇ ਬੱਚਿਆਂ ਨੂੰ ਕੀ ਕਰਾਂ, ਬਣ ਕੇ ਤੂੰ ਪਾਲ ਰਿਹਾ ਹੈ ਯਾਰ, ਕੀ ਪਤਾ ਕੀ ਕਰਕੇ ਗਾਂ ਖਾਈ ਹੈ, ਤੁਹਾਡਾ ਮਤਲਬ ਬੰਦਾ ਨਹੀਂ, ਬਣ ਕੇ ਤੂੰ ਪਾਲ ਰਿਹਾ ਹੈ, ਤੁਹਾਡੇ ਮੁੰਡੇ ਦਾ ਮਤਲਬ ਬੰਦਾ ਨਹੀਂ, ਬੁੜੀਆਂ ਨੂੰ ਗੱਲ ਕਰਨਾ, ਤੇਰਾ ਕੋਈ ਮਤਲਬ ਨਹੀਂ ਗੱਲ ਕਰਨਾ, ਕੰਮ ਆ ਜਾ ਜਾ।
ਅੱਜ ਜਿੱਥੇ ਦੇਸ਼ ਭਰ ਵਿੱਚ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਪਠਾਨਕੋਟ ਵਿੱਚ ਵੀ ਗਣਤੰਤਰ ਦਿਵਸ ਦੀਆਂ ਮਨਮੋਹਕ ਝਲਕੀਆਂ ਦੇਖਣ ਨੂੰ ਮਿਲੀਆਂ। ਉੱਥੇ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਗਣਤੰਤਰ ਦਾ ਦਿਵਸ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਵਿਸ਼ੇਸ਼ ਤੌਰ ਤੇ ਪੁੱਜੇ। ਗੁਰਮੀਤ ਸਿੰਘ ਖੁੱਡੀਆ ਪਹੁੰਚੇ, ਜਿਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਵੱਡ ਵਡੇਰਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ, ਜਿਹਦੇ 'ਚ ਖਾਸ ਕਰਕੇ ਪੰਜਾਬ ਦਾ ਵੀ 80% ਤੋਂ ਜ਼ਿਆਦਾ ਸਾਡੇ ਸ਼ਹੀਦਾਂ ਨੇ ਉਹਦੇ ਵਿੱਚ ਯੋਗਦਾਨ ਪਾਇਆ। ਸਾਨੂੰ ਆਜ਼ਾਦੀ ਮਿਲੀ, ਅੱਜ ਅਸੀਂ 75ਵਾਂ ਇਹ ਗਣਤੰਤਰ ਦਿਵਸ ਮਨਾ ਰਹੇ ਹਾਂ। ਜਦੋਂ ਸਾਡਾ ਇਹ ਕਾਨੂੰਨ ਕੰਮ ਕਰਨ ਲੱਗ ਗਿਆ, ਉਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਅੱਜ ਮੈਂ ਪਠਾਨਕੋਟ ਵਿੱਚ ਆਇਆ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਹੀ ਨਾਗਰਿਕਾਂ ਨੂੰ ਇਸ ਦਿਨ ਦੀ ਵਧਾਈ ਦਿੰਦਾ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ਵਿਖੇ ਮਾਲਵਾ ਕਾਲਜ ਬੋਦਲੀ ਤੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਵਿੱਚ ਵੱਡਾ ਕਿਸਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ ਤੇ ਹਜ਼ਾਰ ਦੇ ਕਰੀਬ ਟਰੈਕਟਰਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ। ਵੱਖ ਵੱਖ ਜਥੇਬੰਦੀਆਂ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਮੀਡੀਆ ਸਾਹਮਣੇ ਕੱਢੀ। ਜਦੋਂ 26 ਜਨਵਰੀ 1950 ਨੂੰ ਪਹਿਲੀ ਵਾਰੀ ਇਹ ਗਣਤੰਤਰ ਲਾਗੂ ਹੋਇਆ, ਸੰਵਿਧਾਨ ਦੇਸ਼ ਦਾ ਲਾਗੂ ਹੋਇਆ, ਤਾਂ 2 ਸਾਲ ਲਗਾਤਾਰ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ। ਉਹ ਤੋਂ ਬਾਅਦ ਸਰਕਾਰਾਂ ਨੇ ਕਿਸਾਨ ਨੂੰ ਭੁਲਾ ਤਾ ਔਰ ਉਹਨਾਂ ਨੇ ਡਿਫੈਂਸ ਨੂੰ ਅੱਗੇ ਲੈ ਆਂਦਾ, ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਦੇਸ਼ ਦਾ ਸਭ ਤੋਂ ਵੱਡਾ ਵਰਗ ਜੇ ਹੈ ਤਾਂ ਕਿਸਾਨ ਔਰ ਇੱਥੇ ਦਾ ਖੇਤ ਮਜ਼ਦੂਰ ਹੈ, ਤੇ ਇਹਨੂੰ ਇਗਨੋਰ ਕਰਕੇ ਗਰੀਬੀ ਵੱਲ ਧੱਕਿਆ ਗਿਆ। ਸਾਰੀਆਂ ਪਾਲਿਸੀ ਜਿਹੜੀਆਂ ਕਾਰਪੋਰੇਟ ਹਾਊਸਿਸ ਦੇ ਹੱਕ 'ਚ ਘੜੀਆਂ ਗਈਆਂ, ਅੱਜ ਸਾਰੀ ਦੁਨੀਆਂ ਦੇ ਵਿੱਚ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋ ਰਿਹਾ। ਫਰਾਂਸ ਵਿੱਚ ਐਜੂਕੇਸ਼ਨ ਹੈ, ਜਰਮਨੀ 'ਚ ਐਜੂਕੇਸ਼ਨ ਹੈ, ਹਾਲੈਂਡ 'ਚ ਐਜੂਕੇਸ਼ਨ ਹੈ, ਪੋਲੈਂਡ 'ਚ ਐਜੂਕੇਸ਼ਨ ਹੈ, ਸਾਰੀ ਦੁਨੀਆਂ 'ਚ ਕਾਰਪੋਰੇਟ ਦਾ ਵਿਰੋਧ ਹੋ ਰਿਹਾ। ਇਹ ਕਾਰਪੋਰੇਟਾਈਜੇਸ਼ਨ ਦੀ ਵਜ੍ਹਾ ਕਰਕੇ ਸਾਰੀ ਜਿਹੜਾ ਕਿਸਾਨੀ ਨੂੰ ਪਿੱਛੇ ਧੱਕਿਆ ਗਿਆ, ਇਹਦੇ ਵਿਰੋਧ 'ਚ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਵੀ ਸਾਡਾ ਸੰਵਿਧਾਨ ਕਹਿੰਦਾ ਇੱਥੇ ਸਾਰੇ ਬਰਾਬਰ ਨੇ। ਇਹ ਸਾਡਾ ਸੰਵਿਧਾਨ ਹਿੰਦੂ ਮੁਸਲਿਮ ਦੀ ਆਗਿਆ ਨਹੀਂ ਦਿੰਦਾ, ਸਾਡਾ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ, ਇਹ ਲੋਕਾਂ ਨੂੰ ਜੋੜਨ ਦੀ ਆਗਿਆ ਦਿੰਦਾ। ਸੋਸ਼ਲਿਸਟਿਕ ਪੈਟਰਨ ਦੀ ਸਾਡੇ ਸੰਵਿਧਾਨ ਵਿੱਚ ਮੁੱਢਲੀ ਗੱਲ ਲਿਖੀ ਹੋਈ ਹੈ, ਜਿਹੜੀ ਇਸ ਸਰਕਾਰ ਨੇ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤੀ। ਔਰ ਮੈਂ ਸਮਝਦਾ ਵੀ ਇਹ ਦੇਸ਼ ਲਈ ਘਾਤਕ ਹੈ। ਲੋਕਾਂ ਨੂੰ, ਇੱਥੇ ਦੇ ਲੋਕਾਂ ਨੂੰ ਸੋਚਣਾ ਪਏਗਾ, ਜਿਹੜੀਆਂ ਤਾਕਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਨਹੀਂ ਕਰਦੀਆਂ, ਅੱਜ ਉਹ ਹਿੰਦੂ ਮੁਸਲਿਮ ਦੀ ਗੱਲ ਕਰਦੇ ਨੇ, ਗਰੀਬੀ ਦੀ ਗੱਲ ਨਹੀਂ ਕਰਦੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦੇ, ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰਦੇ, ਇੱਥੇ ਦੀ ਅਨਇੰਪਲੋਇਮੈਂਟ ਦੀ ਗੱਲ ਨਹੀਂ ਕਰਦੇ, ਇੱਥੇ ਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ। ਇਹਨਾਂ ਗੱਲਾਂ ਨੂੰ ਛੱਡ ਕੇ ਉਹ ਲੋਕ ਗੱਲਾਂ ਕਰ ਰਹੇ ਨੇ ਰਾਮ ਮੰਦਿਰ ਦੀਆਂ, ਉਹ ਗੱਲਾਂ ਕਰਦੇ ਨੇ ਬਾਬਰੀ ਮਸਜਿਦ ਦੀਆਂ,
ਉਹ ਲੋਕ ਹਿੰਦੂ ਔਰ ਮੁਸਲਿਮ ਨੂੰ ਤੋੜਨ ਦੀ ਗੱਲ ਕਰਦੇ ਨੇ, ਦੇਸ਼ ਦੇ ਹਿੱਤ ਵਿੱਚ ਉੱਕਾ ਹੀ ਨਹੀਂ। ਅਸੀਂ SPM ਵੱਲੋਂ ਅੱਜ ਇਹ ਜਿਹੜੀ ਟਰੈਕਟਰ ਪਰੇਡ ਕਰ ਰਹੇ ਹਾਂ, ਇਹਦਾ ਮਕਸਦ ਅਸਲੀ ਜਿਹੜਾ ਗਣਤੰਤਰ ਹੈ ਉਹ ਸਾਬਤ ਕਰਨਾ ਹੈ। ਅਸਲੀ ਗਣਤੰਤਰ ਕਿਸਾਨਾਂ ਔਰ ਮਜ਼ਦੂਰਾਂ ਨਾਲ ਬਣਦਾ ਹੈ, ਅਸਲੀ ਗਣਤੰਤਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਅਹਿਦ ਲੈਣ ਨਾਲ ਬਣਦਾ ਹੈ। ਅੱਜ ਸਰਕਾਰਾਂ ਨੂੰ ਅਹਿਦ ਲੈਣਾ ਚਾਹੀਦਾ ਸੀ ਕਿ ਉਹ ਦੇਸ਼ ਵਿੱਚੋਂ ਜਿਹੜੇ 76 ਸਾਲ ਵਿੱਚ ਗਰੀਬੀ ਨੂੰ ਦੂਰ ਕਰ ਸਕੇ, ਆਪਣੀਆਂ ਨਲਾਇਕੀਆਂ ਨੂੰ ਉਹ ਮੰਨਦੇ ਔਰ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਵਧਦੇ। ਅਸੀਂ ਇਹਦੇ 'ਤੇ ਅੱਜ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਵਿੱਚ ਅਤੇ ਪੰਜਾਬ ਵਿੱਚ ਘੱਟੋ ਘੱਟ 100 ਥਾਵਾਂ 'ਤੇ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਟਰੈਕਟਰ ਮਾਰਚ ਕਰ ਰਹੇ ਹਾਂ। ਅਸੀਂ ਸਾਰੇ ਇਹ ਵੀ ਸਾਬਤ ਕਰ ਰਹੇ ਹਾਂ ਵੀ ਕਿਸਾਨ ਇੱਕਮੁੱਠ ਹੈ, ਕਿਸਾਨ ਵਿੱਚ ਕੋਈ ਫਰਕ ਨਹੀਂ। ਕਿਸਾਨ ਨੂੰ ਗੁੰਮਰਾਹ ਵੀ ਕਰ ਰਹੇ ਨੇ ਕੁਛ ਲੋਕ, ਗੁੰਮਰਾਹ ਵੀ ਨਹੀਂ ਹੋਏਗਾ ਕਿਸਾਨ। ਇਹ ਜਿਹੜੀ ਲੜਾਈ ਹੈ ਇਕੱਠੇ ਹੋ ਕੇ ਲੜਾਂਗੇ। ਔਰ ਜੇ ਭਾਰਤ ਸਰਕਾਰ ਹਰ ਸਾਲ 2.5 ਤੋਂ 3 ਲੱਖ ਕਰੋੜ ਰੁਪਇਆ ਕਾਰਪੋਰੇਟ ਹਾਊਸਿਸ ਦਾ ਕਰਜ਼ਾ ਮਾਫ਼ ਕਰ ਸਕਦੀ ਹੈ, ਇੱਥੇ ਕਿਸਾਨਾਂ ਔਰ ਮਜ਼ਦੂਰਾਂ ਦਾ ਕਿਉਂ ਨਹੀਂ? ਇਹ ਸਵਾਲ ਖੜਾ ਹੁੰਦਾ ਹੈ। ਅੱਜ ਅਸੀਂ ਇਹ ਸਵਾਲ ਖੜੇ ਕਰਕੇ ਸਰਕਾਰ ਦੇ ਖਿਲਾਫ਼ ਟਰੈਕਟਰ ਮਾਰਚ ਕਰ ਰਹੇ ਹਾਂ। ਸਰਕਾਰ ਨੂੰ ਦੀ ਮੈਂ ਸਮਝਦਾ ਇੱਕ ਤਰ੍ਹਾਂ ਦੀ ਉਹਨਾਂ ਦੇ ਮੂੰਹ 'ਤੇ ਚਪੇੜ ਹੈ ਵੀ ਲੋਕ ਉਹਨਾਂ ਦੇ ਨਾਲ ਹੈ ਨਹੀਂ, ਸਿਰਫ਼ ਸਰਕਾਰੀ ਤੰਤਰ ਜਿਹੜਾ ਉਹ ਦਿਖਾਵਾ ਕਰਦਾ ਹੈ। ਇਹ ਅੱਜ ਦਾ ਜਿਹੜਾ ਮੰਤਵ ਹੈ ਅਸਲੀ ਮੰਤਵ ਉਹ ਇਹੀ ਹੈ। ਜਿਹੜਾ 26 ਜਨਵਰੀ ਨੂੰ SKM ਦਾ ਫੈਸਲਾ ਸੀ, ਇਹ 'ਚ ਅਸੀਂ 32 ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਫੈਸਲਾ ਲਿਆ ਸੀ ਵੀ ਸਾਰੇ ਦੇਸ਼ ਦੇ ਵਿੱਚ 500 ਜਗ੍ਹਾ 'ਤੇ ਟਰੈਕਟਰ ਮਾਰਚ ਅੱਜ ਕੀਤਾ ਜਾਊ ਅਤੇ ਪੰਜਾਬ ਦੇ ਵਿੱਚ 100 ਜਗ੍ਹਾ 'ਤੇ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ, ਕਿਉਂਕਿ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ, 3 ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ। ਉਹਦੇ 'ਚ ਸਾਡੀ MSP ਦੀ ਮੰਗ ਅਧੂਰੀ ਰਹਿ ਗਈ ਸੀ, ਜਿਹੜੀ ਸਰਕਾਰ ਨੇ ਇੰਨੇ ਸਮੇਂ 'ਚ ਸਾਡੀ ਉਹ ਪੂਰੀ ਨਹੀਂ ਕੀਤੀ, ਨਾ ਉਹਦੇ ਵੱਲ ਤਵੱਜੋ ਦਿੱਤੀ ਆ। ਉਸ ਤੋਂ ਬਾਅਦ ਜਿਹੜੀ ਸਾਡੀ ਕਰਜ਼ਾ ਮਾਫ਼ੀ ਦੀ ਯੋਜਨਾ ਸੀ, ਕਿਉਂਕਿ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ 'ਤੇ ਚੜ੍ਹਿਆ। ਅਸੀਂ ਕਿਹਾ ਸਾਡੇ ਨਾਲ ਬੈਠ ਕੇ ਹਿਸਾਬ ਕਰ ਲਵੋ, ਸਾਡੇ ਪੈਸੇ ਨਿਕਲ ਆਉਣਗੇ, ਸਾਰਾ ਕਰਜ਼ਾ ਮਾਫ਼ੀ ਦੀ ਗੱਲ ਆ। ਫਿਰ ਸਰਕਾਰ ਨੇ ਕਿਹਾ ਸੀ ਵੀ 2024 'ਚ ਆਮਦਨ ਦੁੱਗਣੀ ਕਰ ਦੇਵਾਂਗੇ, ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਅਤੇ ਨਾ ਹੀ ਸਾਨੂੰ C2+50% ਦੇ ਹਿਸਾਬ ਨਾਲ ਸਵਾਮੀਨਾਥਨ ਦੇ ਮੁਤਾਬਕ ਸਾਨੂੰ ਭਾਅ ਮਿਲੇ ਨੇ। ਉਹਦੇ ਰੋਸ ਵਜੋਂ ਸਰਕਾਰ ਨੂੰ ਜਗਾਉਣ ਲਈ, ਕਿਉਂਕਿ ਸਰਕਾਰ ਦਾ ਵੀ ਸਮਾਂ ਪੂਰਾ ਹੋ ਗਿਆ, ਸਰਕਾਰ ਵੱਡੇ ਵੱਡੇ ਜੁਮਲੇ ਕਰਦੀ ਆ, ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ, ਇਹ ਵਾਅਦੇ ਕਰ ਲੈਂਦੀ ਆ ਪਰ ਵਾਅਦੇ ਨਿਭਾਉਂਦੀ ਨਹੀਂ। ਉਹਨਾਂ ਨੂੰ ਜਗਾਉਣ ਲਈ ਕਈ ਵਾਰ ਸਰਕਾਰਾਂ ਨੂੰ ਵੀ ਇਹ ਭੁਲੇਖਾ ਪੈ ਗਿਆ ਸੀ ਵੀ ਇਹਨਾਂ ਕੋਲ ਬੰਦੇ ਨਹੀਂ, ਅੱਜ ਅਸੀਂ ਇਹ ਵੀ ਦਿਖਾਉਣ ਲੈ ਕੇ ਆਏ ਹਾਂ ਵੀ ਉਵੇਂ ਹੀ ਟਰੈਕਟਰ ਜਿਵੇਂ ਅੱਗੇ ਸਾਡੇ ਕੋਲ ਅੰਦੋਲਨ ਵੇਲੇ ਗਿਆ ਸੀ ਉਵੇਂ ਹੀ ਟਰੈਕਟਰ, ਅੱਜ ਤੁਸੀਂ ਸਮਰਾਲੇ 'ਚ ਹਜ਼ਾਰਾਂ ਟਰੈਕਟਰ ਦੇਖ ਲਓਗੇ, ਸਾਰੀਆਂ ਜਥੇਬੰਦੀਆਂ ਨੇ ਉਵੇਂ ਹੀ ਸਾਰੇ ਜ਼ਿਲ੍ਹਿਆਂ ਤਹਿਸੀਲਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਜਗਾਉਣ ਲੱਗਿਆ ਵੀ ਫੌਰੀ ਤੌਰ 'ਤੇ ਸਾਡੀਆਂ ਮੰਗਾਂ 'ਤੇ ਗੌਰ ਕਰੋ, ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਵੱਡਾ ਸੰਘਰਸ਼ ਕੱਢ ਦੇਵਾਂਗੇ ਅਤੇ 16 ਫਰਵਰੀ ਨੂੰ ਅਸੀਂ ਜਿਹੜਾ ਦੇਸ਼ ਬੰਦ ਦਾ ਵੀ ਉਹ ਸੱਦਾ ਦਿੱਤਾ ਹੋਇਆ SKM ਨੇ, ਉਹਦੇ 'ਤੇ ਵੀ ਫੁੱਲ ਚੜ੍ਹਾਵਾਂਗੇ ਅਤੇ 28 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ SKM ਦੀ ਜਿਹੜੀ ਆ ਮੀਟਿੰਗ ਸੱਦ ਲਈ। ਕਾਂਗਰਸ ਪਾਰਟੀ ਦੇ ਮਿਸ਼ਨ ਲੋਕ ਸਭਾ 2024 ਤਹਿਤ ਅੱਜ ਨਵਾਂ ਸ਼ਹਿਰ ਦੇ ਬਲਾਚੌਰ ਸ਼ਹਿਰ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਲਈ ਪਾਰਟੀ ਵਰਕਰਾਂ ਅਤੇ ਪਾਰਟੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਅੱਜ ਪਾਰਟੀ ਵਰਕਰਾਂ ਦੀ ਆਪਸ ਵਿੱਚ ਤਕਰਾਰ ਹੋ ਗਈ ਅਤੇ ਪਾਰਟੀ ਅੰਦਰ ਹੀ ਫੁੱਟ ਪੈ ਗਈ। ਪਾਰਟੀ ਦੇ ਆਗੂ ਤੇ ਵਰਕਰ ਆਪਸ ਵਿੱਚ ਬਹਿਸ ਕਰਦੇ ਹੋਏ ਦੇਖੇ ਗਏ। ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਦੇਵਿੰਦਰ ਯਾਦਵ ਅਤੇ ਮਨੀਸ਼ ਤਿਵਾੜੀ ਨੇ ਬੜੀ ਮੁਸ਼ਕਿਲ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਚੁੱਪ ਕਰਵਾਇਆ। ਪੰਜਾਬ 'ਚ ਪਹਿਲਾਂ ਹੀ ਕਾਫੀ ਪਰੇਸ਼ਾਨੀ ਚੱਲ ਰਹੀ ਤੇ ਅੱਜ ਬਲਾਚੌਰ ਵਿੱਚ ਵਰਕਰਾਂ ਦੀ ਮੀਟਿੰਗ ਲਈ ਇਕੱਠੇ ਹੋਏ। ਪਾਰਟੀ ਸਮਰਥਕਾਂ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਸ਼੍ਰੀ ਅਨੰਦਪੁਰ ਸਾਹਿਬ ਕਾਂਗਰਸ ਪਾਰਟੀ ਦੇ ਸਮਰਥਕ ਆਪਸ ਵਿੱਚ ਭਿੜਦੇ ਹੋਏ ਨਜ਼ਰ ਆਏ। ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਾਂਗਰਸ ਹੀ ਕਾਂਗਰਸ ਨੂੰ ਹਰਾ ਰਹੀ ਹੈ, ਕਿਸੇ ਹੋਰ ਦਾ ਨਹੀਂ?
ਦੇਖੋ ਮੇਰਾ ਕਿਆ ਕਹਿੰਦਾ ਨਾ 43 ਸਾਲ ਦਾ ਕਾਂਗਰਸ ਪਾਰਟੀ ਤਜਰਬਾ ਹੈ। ਜਦੋਂ ਕਾਂਗਰਸ ਇੱਕ ਮੁੱਠ ਹੁੰਦੀ ਹੈ, ਲਾਮਬੰਦ ਹੁੰਦੀ ਹੈ, ਹਿੰਦੁਸਤਾਨ ਦਾ ਕੋਈ ਸੂਬਾ ਹੋਵੇ, ਕੋਈ ਮੁਲਕ ਦੀ ਚੋਣ ਹੋਵੇ, ਕਾਂਗਰਸ ਪਾਰਟੀ ਹਰ ਵਾਰੀ ਜਿੱਤਦੀ ਹੈਗੀ ਹੈ, ਕਿਉਂਕਿ ਕਾਂਗਰਸ ਪਾਰਟੀ ਇਸ ਮੁਲਕ ਦੀ ਅੰਤਰਾਤਮਾ ਹੈ। ਔਰ ਜਦੋਂ ਅੰਤਰਾਤਮਾ ਇੱਕ ਦ੍ਰਿੜ ਨਿਸ਼ਚੇ ਕਰ ਲੈਂਦੀ ਹੈਗੀ ਹੈ ਤਾਂ ਫਿਰ ਉਹਨੂੰ ਕੋਈ ਨਹੀਂ ਹਰਾ ਸਕਦਾ। ਦੇਖੋ 24 ਜਿੱਤਣਾ ਬਹੁਤ ਜ਼ਰੂਰੀ ਹੈ, 24 ਜਿੱਤਣਾ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈਗਾ। ਜਿਵੇਂ ਮੈਂ ਕਿਹਾ ਕਿ ਇਹ ਸੰਵਿਧਾਨ ਦੀ ਰੱਖਿਆ ਕਰਨ ਦੀ ਲੜਾਈ ਹੈਗੀ ਹੈ, ਜਿਹੜੇ ਸਾਡੇ ਬੁਨਿਆਦੀ ਅਖਤਿਆਰ ਨੇ, ਜਿਹੜੇ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਦਿੱਤੇ ਸੀਗੇ, ਉਹਨਾਂ ਅਖਤਿਆਰਾਂ 'ਤੇ ਰਾਖੀ ਕਰਨ ਦੀ ਲੜਾਈ ਹੈਗੀ ਹੈ। ਔਰ ਇਸ ਲਈ ਇਸ ਵੱਡੀ ਲੜਾਈ ਵਾਸਤੇ ਸਾਰੇ ਲੋਕਾਂ ਨੂੰ ਲਾਮਬੰਦ ਹੋ ਕੇ ਇੱਕ ਮੁੱਠ ਹੋ ਕੇ ਲੜਾਈ ਲੜਨ ਦੀ ਲੋੜ ਹੈਗੀ ਹੈ। ਦੇਖੋ ਇੱਦਾਂ ਹੈ, ਕੋਈ ਧੜੇਬਾਜ਼ੀ ਨਹੀਂ ਹੈ, ਕੋਈ ਮਨ ਮਟਾਓ ਨਹੀਂ ਹੈ। ਸਾਡੇ ਜਿਹੜੇ ਨੌਜਵਾਨ ਸਾਥੀ ਨੇ, ਕਦੇ ਕਦੇ ਉਹਨਾਂ ਦੇ ਦਿਲ 'ਚ ਵਲਵਲੇ ਹੁੰਦੇ ਨੇ, ਉਹ ਫਿਰ ਕਹਿੰਦੇ ਤੁਸੀਂ ਦੇਖਿਆ ਕਿ ਬਾਅਦ 'ਚ ਸਾਰੇ ਇਕੱਠੇ ਬੈਠ ਕੇ ਉਹਨਾਂ ਨੇ ਬਹੁਤ ਸ਼ਾਂਤੀ ਨਾਲ ਮੈਨੂੰ ਵੀ ਸੁਣਿਆ, ਉਸ ਤੋਂ ਬਾਅਦ ਯਾਦਵ ਸਾਹਿਬ ਨੂੰ ਵੀ ਸੁਣਿਆ, ਅਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਹੈ। ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜਾਈ ਲੜੇਗੀ ਔਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤੇਗੀ। ਦੇਖੋ ਇੱਦਾਂ ਹੈ ਕਿ ਜਿੱਥੇ ਤੱਕ ਇੰਡੀਆ ਗਠਬੰਧਨ ਦਾ ਸੰਬੰਧ ਹੈ, ਕਾਂਗਰਸ ਨੇ ਕਮੇਟੀ ਬਣਾਈ ਹੋਈ ਹੈ ਕੋਇਲੇਸ਼ਨ ਵਾਸਤੇ। ਉਹਦੀ ਜਿਹੜੇ ਕਨਵੀਨਰ ਨੇ ਉਹ ਮੁਕੁਲ ਵਾਸਨਿਕ ਜੀ ਨੇ, ਸਾਡੇ ਜਨਰਲ ਸਕੱਤਰ ਨੇ, ਉਹ ਕਮੇਟੀ ਆਪਣਾ ਕੰਮ ਕਰ ਰਹੀ ਹੈਗੀ ਹੈ ਅਤੇ ਇਸ ਦੇ ਉੱਪਰ ਹੋਰ ਕਿਸੇ ਦਾ ਕੋਈ ਔਪਚਾਰਿਕ ਬਿਆਨ ਬਣਦਾ ਨਹੀਂ। ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਮੁੱਤੋ ਦੇ ਕੱਟ ਤੇ ਇੱਕ ਸਵਿਫਟ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਹੋਏ ਪਲਟ ਗਏ ਤੇ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਸਵਿਫਟ ਕਾਰ ਜਿਸ ਦਾ ਨੰਬਰ CH01AR6495 ਜਿਸ ਵਿੱਚ ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਹਨ, ਉਹ ਨਵਾਂ ਸ਼ਹਿਰ ਤੋਂ ਆਪਣੀ ਡਿਊਟੀ ਤੋਂ ਵਾਪਸ ਪਟਿਆਲਾ ਜਾ ਰਹੇ ਸਨ। ਜਦੋਂ ਇਹ ਮੁੱਤੋ ਕੱਟ ਦੇ ਕੋਲ ਪਹੁੰਚੇ ਤਾਂ ਕੱਟ ਤੋਂ ਦੋ ਮੋਟਰਸਾਈਕਲ ਸਵਾਰਾਂ ਨੇ ਇੱਕਦਮ ਮੇਨ ਹਾਈਵੇ ਰੋਡ ਤੇ ਚੜਨ ਲੱਗੇ ਤਾਂ ਉਹਨਾਂ ਨੇ ਕਾਰ ਨੂੰ ਨਹੀਂ ਵੇਖਿਆ। ਕਾਰ ਚਾਲਕ ਉਹਨਾਂ ਨੂੰ ਦੇਖ ਕੇ ਇੱਕਦਮ ਬ੍ਰੇਕ ਮਾਰਤੀ ਤਾਂ ਬੇਕਾਬੂ ਸਵਿਫਟ ਕਾਰ ਪਲਟ ਗਈ। ਭਾਜੀ ਮੈਂ ਨਵਾਂ ਸ਼ਹਿਰ ਤੋਂ ਆ ਰਿਹਾ ਸੀਗਾ, ਮੈਂ ਅਸਿਸਟੈਂਟ ਡਾਇਰੈਕਟਰ ਹੈਗਾ ਡਿਪਾਰਟਮੈਂਟ ਆਫ ਯੂਥ ਸਰਵਿਸ ਦੇ ਵਿੱਚ, ਪ੍ਰੋਗਰਾਮ ਕਰਾ ਕੇ ਆ ਰਿਹਾ ਸੀਗਾ। ਕਿੱਥੇ ਜਾ ਰਹੇ ਸੀ ਤੁਸੀਂ? ਮੈਂ ਜਾਣਾ ਪਟਿਆਲੇ ਵਾਪਸੀ। ਤੇ ਜਿਹੜਾ ਹਾਦਸਾ ਤੁਹਾਡੇ ਨਾਲ ਵਾਪਰਿਆ ਕਿਵੇਂ? ਸਰ ਦੋ ਮੁੰਡੇ ਮੋਟਰਸਾਈਕਲ ਤੇ ਆ ਗਏ, ਉਹਨਾਂ ਨੇ ਪਹਿਲਾਂ ਖੱਬੇ ਕੱਟਿਆ ਫਿਰ ਸੱਜੇ ਕੱਟਿਆ, ਮੈਂ ਆ ਰਿਹਾ ਸੀ ਆਰਾਮ ਨਾਲ, ਉਹ ਮੋੜ ਹੈਗਾ ਨਾ ਮੋੜ ਤੋਂ ਇੱਕੋਦਮ ਕੱਟ ਗਏ ਉਹ, ਤਾਂ ਮੈਂ ਉਹਨਾਂ ਨੂੰ ਬਚਾਉਣ ਦਾ ਮਾਰਿਆ, ਗੱਡੀ ਡਰਾਈਵ ਕੀਤੀ ਸਾਈਡ 'ਤੇ ਕੱਟ ਕੀਤਾ ਅਤੇ ਗੱਡੀ ਪਲਟ ਗਈ। ਬੰਦੇ ਹਿਊਮਨਿਟੀ ਸੇਕ ਰੁਕੇ ਵੀ ਨਹੀਂ ਆ, ਦੌੜ ਗਏ। ਚਲੋ ਖੈਰ, ਮੇਰਾ ਨੁਕਸਾਨ ਤਾਂ ਹੋ ਗਿਆ, ਤੁਹਾਡਾ ਬਚਾਇਆ, ਤੁਹਾਡੇ ਸੱਟਾਂ ਤਾਂ ਨਹੀਂ ਲੱਗੀਆਂ। ਚੈੱਕ ਕਰਾਵਾਂਗੇ ਸਰ ਡਾਕਟਰ ਸਾਹਿਬ ਤੇ। ਕਿੰਨੇ ਜਾਣੇ ਸੀ ਗੱਡੀ 'ਚ ਤੁਹਾਡੀ 'ਚ? ਮੈਂ ਤਾਂ ਇਕੱਲਾ ਹੀ ਸੀਗਾ ਸਰ। ਮੈਂ ਤੁਸੀਂ ਹੁਣ ਚੰਡੀਗੜ੍ਹ ਜਾ ਰਹੇ ਸੀ? ਮੋਹਾਲੀ ਜਾ ਰਿਹਾ ਸੀਗਾ ਸਰ, ਮੈਂ ਆਫਿਸ ਡਿਊਟੀ ਕਰਕੇ ਆ ਰਿਹਾ ਸੀਗਾ। ਤੇ ਤੁਸੀਂ ਹੁਣ ਆ ਰਹੇ ਨਵਾਂ ਸ਼ਹਿਰ ਤੋਂ? ਹਾਂਜੀ। ਇਹ ਜਿਹੜੀ ਗੱਡੀ ਤੁਹਾਡੀ ਇੱਧਰ ਕਿੱਦਾਂ ਚਲੇਗੀ ਹੈ? ਇੱਧਰ ਤਾਂ ਇੱਥੋਂ ਪਲਟ ਗਈ ਨਾ ਗੱਡੀ, ਜਾਂ ਪਲਟੀ ਖਾ ਕੇ ਪਲਟੀਆਂ ਖਾਧੀ, ਬੈਰੀਅਰ ਨਾਲ ਕੱਟ ਗਈ ਹੈ, ਕਿਉਂਕਿ ਉਹ ਟਰਨ ਸੀਗੀ, ਟਰਨ ਤੋਂ ਪਹਿਲਾਂ ਮੇਰੇ ਮੂਹਰੇ ਆਏ, ਫਿਰ ਦੂਜੇ ਪਾਸੇ ਉਹਨੇ ਖੱਬੇ ਕੱਟ ਕੀਤਾ, ਮੈਂ ਉੱਧਰ ਕੋਸ਼ਿਸ਼ ਕੀਤੀ, ਫਿਰ ਸੱਜੇ ਆ ਗਏ, ਤਾਂ ਗੱਡੀ ਮੇਰੀ ਇਸ ਪਾਸੇ ਨੂੰ, ਮੈਂ ਉਹਨੂੰ ਬਚਾਉਣ ਖਾ ਗਈ ਤੁਹਾਡੀ ਗੱਡੀ, ਉਹਨੂੰ ਬਚਾਉਣ ਦੀ ਨੀਅਤ ਨਾਲ ਮੇਰੀ ਗੱਡੀ ਪਲਟ ਗਈ ਤੇ ਮੇਰਾ ਸਾਰਾ ਨੁਕਸਾਨ ਹੋ ਗਿਆ। ਧੂਰੀ ਵਿਖੇ 75ਵਾਂ ਗਣਤੰਤਰਤਾ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਧੂਰੀ ਦੇ SDM ਅਮਿਤ ਗੁਪਤਾ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਤਰ੍ਹਾਂ ਧੂਰੀ ਦੇ ਨਗਰ ਕੌਂਸਲ ਦਫ਼ਤਰ ਵਿਖੇ 75ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਪੁਸ਼ਪਾ ਤੈਲ ਵੱਲੋਂ ਵੀ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਮੌਕੇ ਤੇ ਪੁੱਜੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ
ਸਤਿੰਦਰ ਸਿੰਘ ਜੱਠਾ ਨੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਦੇਖੋ ਜੀ, ਮਾਨਸੇ ਦੀ ਧਰਤੀ 'ਤੇ ਮੈਂ ਪਹਿਲੀ ਵਾਰ ਆਇਆ, ਬੜੀ ਹੀ ਮਿਲਨਸਾਰੀ, ਬੜੇ ਹੀ ਲੋਕਾਂ ਨੇ ਪਿਆਰ ਦੇ ਨਾਲ, ਕੱਲ੍ਹ ਸ਼ਾਮੀ ਵੀ ਬਹੁਤ ਸਾਰੀਆਂ ਸੰਸਥਾਵਾਂ ਸ਼ਹਿਰ ਦੀਆਂ ਮਿਲਣ ਆਈਆਂ MLA ਸਾਹਿਬ ਦੇ ਨਾਲ, ਔਰ ਉਹਨਾਂ ਨੇ ਵੋਇਸ ਆਫ ਮਾਨਸਾ ਦੇ ਰੂਪ ਦੇ ਵਿੱਚ ਗੱਲ ਕੀਤੀ MLA ਸਾਹਿਬ ਦੇ ਨਾਲ ਬਹਿ ਕੇ, ਔਰ ਆਪਣੀਆਂ ਗੱਲਾਂ ਵੀ ਦੱਸੀਆਂ। ਲੇਕਿਨ ਆਲਰੇਡੀ MLA ਸਾਹਿਬ ਉਹਦੇ 'ਤੇ ਵਰਕ ਕਰ ਰਹੇ ਸੀ, ਪੰਜਾਬ ਸਰਕਾਰ ਉਹਨਾਂ ਸਾਰੀਆਂ ਚੀਜ਼ਾਂ 'ਤੇ ਕੰਮ ਕਰ ਰਹੀ ਹੈ ਜਿਹੜੀਆਂ ਸਮੱਸਿਆਵਾਂ ਹੈਗੀਆਂ। ਔਰ ਜਿੱਥੇ ਮੈਨੂੰ ਖੁਸ਼ੀ ਹੋਈ ਆ, ਅੱਜ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਦੀ ਤਿਆਰੀ ਦੇਖ ਕੇ, ਔਰ ਸਭ ਤੋਂ ਵੱਡੀ ਗੱਲ ਆ, ਬਹੁਤ ਜ਼ਿਆਦਾ ਪਾਰਟੀਸਪੈਂਟ ਸੀ ਬੱਚੇ, 1500 ਤੋਂ ਜ਼ਿਆਦਾ ਤਾਂ ਬੱਚਿਆਂ ਨੇ ਪਰਫੋਰਮ ਕੀਤਾ। ਇਹ ਬੜੀ ਵੱਡੀ ਗੱਲ ਹੁੰਦੀ ਆ। ਮੈਂ ਕਹਿ ਸਕਦਾ, ਮੈਂ ਪਹਿਲਾਂ ਇਹ ਗੱਲ ਕਹੀ ਹੈ ਵੀ ਮੈਂ ਜਿੰਨੇ ਪ੍ਰੋਗਰਾਮ ਅੱਜ ਤੱਕ ਅਟੈਂਡ ਕੀਤੇ, ਉਹ ਤੋਂ ਸਭ ਤੋਂ ਬਿਹਤਰੀਨ ਜਿਹੜੀ ਤਿਆਰੀ ਸੀ ਸਕੂਲੀ ਬੱਚਿਆਂ ਦੀ, ਖਾਸ ਤੌਰ ਦੇ ਉੱਤੇ ਮੈਂ ਕਹਿ ਸਕਦਾ, ਉਹ ਇਹ ਮਾਨਸੇ ਦੀ ਮੈਨੂੰ ਦੇਖਣ ਨੂੰ ਮਿਲੀ ਹੈ। ਅਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮਾਨਸਾ ਅਤੇ ਸਾਰੇ ਹੀ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਹੈ, ਧੰਨਵਾਦ ਕੀਤਾ, ਜੈ ਹਿੰਦ ਕੀਤੀ ਹੈ, ਸਤਿ ਸ਼੍ਰੀ ਅਕਾਲ ਕੀਤਾ। ਰਾਮ ਰਾਮ ਕੀਤੀ ਹੈ। ਮੰਤਰੀ ਸਾਹਿਬ, ਅੱਜ ਤੁਸੀਂ ਮਾਨਸਾ ਵਿੱਚ ਆਏ ਹੋ, ਨਸ਼ਿਆਂ ਦੀ ਗੱਲ ਕੀਤੀ ਹੈ, ਲੇਕਿਨ ਸਰਕਾਰੀ ਤੌਰ ਤੇ 703 ਨੰਬਰ ਨੈਸ਼ਨਲ ਹਾਈਵੇ ਦੇ ਉੱਪਰ ਪੰਜਾਬ ਮਾਨਸਾ ਦੇ ਵਿੱਚ ਸ਼ਰਾਬ ਦੇ ਠੇਕੇ ਚੱਲ ਰਹੇ ਨੇ। ਦੇਖੋ, ਮੇਰੇ ਲਿਹਾਜ਼ ਨਾਲ ਜਿੱਥੇ ਤਾਂ ਕੋਈ ਲੀਗਲ ਸਰਕਾਰ ਦੀ ਤਰਫ ਤੋਂ ਕੋਈ ਪ੍ਰੋਵੀਜ਼ਨ ਹੈਗਾ ਦੇਣ ਦਾ, ਠੇਕਾ ਦਿੱਤਾ ਹੈ ਪਹਿਲਾਂ ਗੌਰਮੈਂਟ ਵੱਲੋਂ, ਉਸ ਤੋਂ ਇਲਾਵਾ ਨਹੀਂ ਚੱਲਣੇ ਚਾਹੀਦੇ ਆ, ਵੱਡੀ ਗੱਲ ਹੈ। ਜੋ ਗੌਰਮੈਂਟ ਦੀਆਂ ਸੈਂਕਸ਼ਨਸ ਹੁੰਦੀਆਂ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਮੈਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਅਗਰ ਕੋਈ ਇੱਦਾਂ ਦੀ ਕੰਪਲੇਂਟ ਆ, ਉਹ 'ਤੇ ਜ਼ਰੂਰ ਕੰਮ ਕਾਰਵਾਈ ਕਰੋ। ਸਰ, ਮਾਨਸਾ ਸ਼ਹਿਰ ਜਿਹੜਾ ਸੀਵਰੇਜ ਸਮੱਸਿਆ ਦੇ ਨਾਲ ਜੂਝ ਰਿਹਾ ਸਰ, ਉਹਦੇ ਲਈ ਕੁਛ? ਹਾਂ, ਮੈਂ ਉਹਦੀ ਗੱਲ ਕੱਲ੍ਹ MLA ਸਾਹਿਬ ਨੇ ਗੱਲ ਕੀਤੀ ਸੀ ਪਹਿਲੇ ਤੋਂ, ਔਰ ਇਹਨਾਂ ਨੇ ਆਪਣੀ ਤਿਆਰੀ ਵੀ ਦੱਸੀ ਆ ਵੀ ਅਸੀਂ ਜਿਹੜਾ STP ਬਣਾਉਣਾ ਚਾਹੁੰਦੇ ਉਹਦੇ ਲਈ ਜਗ੍ਹਾ ਚਾਹੀਦੀ ਹੈ ਸਾਨੂੰ। ਲੇਕਿਨ ਜਿਹੜੀ ਤੁਹਾਡੇ ਕੋਲ ਆਪਾਂ ਥਰਮਲ ਪਲਾਂਟ ਦੇ ਅੰਦਰ ਕੱਲ੍ਹ ਮੈਂ ਉੱਥੇ ਸਟੇਅ ਵੀ ਕੀਤਾ ਰਾਤੀ, ਇਹਨਾਂ ਨੇ ਕਿਹਾ ਉੱਥੇ ਬਹੁਤ ਸਾਰੀ ਜਗ੍ਹਾ ਹੈ, ਉਹਦੇ ਲਈ ਇਹਨਾਂ ਨੇ ਇੱਕ ਪ੍ਰੋਵੀਜ਼ਨਲ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ। ਔਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਨੂੰ ਤੁਹਾਡੀ ਸਮੱਸਿਆ ਤੋਂ ਤੁਹਾਨੂੰ ਜਲਦੀ ਨਿਜਾਤ ਮਿਲੇਗੀ ਮਾਨਸਾ ਦੇ ਲੋਕਾਂ ਨੂੰ। ਸਰ, ਨਾਲ ਹੀ ਜੇ ਪਾਣੀ ਦੀ ਗੱਲ ਕਰਦੇ ਹਾਂ, ਪੀਣ ਵਾਲੇ ਪਾਣੀ ਦੀ, ਸਰ ਹੋਰ ਜ਼ਿਲ੍ਹਿਆਂ ਦੇ ਸੈਂਪਲ ਭਰੇ ਗਏ ਸੀ, NGD ਨੇ ਰਿਪੋਰਟ ਜਾਰੀ ਕੀਤੀ ਹੈ। ਓਕੇ, ਮਾਨਸਾ ਜ਼ਿਲ੍ਹੇ ਦੇ ਸੈਂਪਲ ਨਹੀਂ ਭਰੇ ਗਏ ਸਰ? ਅਗਰ ਜਿਹੜੇ ਏਰੀਏ ਦੇ, ਦੇਖੋ ਸਾਡੇ ਕੋਲ, ਮੇਰੇ ਕੋਲ ਤਕਰੀਬਨ 1400 ਪਿੰਡਾਂ ਦੇ ਸੈਂਪਲ ਸਾਡੇ ਕੋਲ ਆਏ ਆ, ਔਰ ਮੇਰੇ ਅਧਿਕਾਰੀਗਣ ਇੱਥੇ ਮੌਜੂਦ ਹੈ, ਸੁਣ ਵੀ ਰਹੇ ਹੋਊਗੇ। ਮੈਂ ਚੀਫ ਇੰਜੀਨੀਅਰ ਸਾਹਿਬ ਨੂੰ ਜਿਹੜੇ ਇਸ ਇਲਾਕੇ ਨੂੰ ਦੇਖ ਰਹੇ ਆ, ਉਹਨਾਂ ਨੂੰ ਕਹੂੰਗਾ ਆਪਣੇ SC ਐਕਸ਼ਨ SDO JEE ਸਵਾਨ ਨੂੰ ਨਾਲ ਲੈ ਕੇ ਸਾਡੇ ਕੋਲ ਮੋਬਾਈਲ ਲੈ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਰਕਾਰ ਨੂੰ ਪ੍ਰੋਵਾਈਡ ਕਰਾਈਆਂ, ਤਾਂ ਇਸ ਕਰਕੇ ਉਹ ਜਲਦ ਉੱਥੇ ਵੀ ਸੈਂਪਲਿੰਗ ਜਿੱਥੇ ਜਿੱਥੇ ਲੋੜ ਹੈ, ਵੈਸੇ ਤਾਂ ਪ੍ਰੋਵੀਜ਼ਨਲ 6 ਮਹੀਨੇ ਬਾਅਦ ਸੈਂਪਲਿੰਗ ਕਰੀ ਦੀ ਆ, ਲੇਕਿਨ ਜ਼ਰੂਰ ਹੋਏਗੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਕੋਈ ਇੱਦਾਂ ਦੀ ਗੱਲ ਜਿਹੜੀ ਜਗ੍ਹਾ 'ਚ ਖੜ੍ਹੇ, ਇੱਥੇ ਕਾਲਜ, ਨਹਿਰੂ ਕਾਲਜ ਆ, ਪਰ ਇੱਥੇ ਕਾਫੀ ਜ਼ਿਆਦਾ ਪ੍ਰੋਫੈਸਰ ਦੀ ਘਾਟ ਆ, ਅਤੇ ਹਸਪਤਾਲਾਂ 'ਚ ਕਹੀਏ ਤਾਂ ਉੱਥੇ ਡਾਕਟਰਾਂ ਦੀ ਘਾਟ ਆ ਜੀ, ਇਹ ਕਦ ਤੱਕ ਪੂਰੀ ਹੋ ਜਾਏਗੀ? ਦੇਖੋ ਜੀ, ਗੱਲ ਇਹ ਹੈ, ਅੱਜ ਸਰਕਾਰ ਨੂੰ ਹਲਦਾ 2 ਸਾਲ ਪੂਰੇ ਹੋਣੇ ਆ, ਹਲਦਾ 2 ਤੋਂ 3 ਮਹੀਨੇ ਬਾਅਦ। ਤੁਸੀਂ ਪਿਛਲੇ 30-40 ਸਾਲ ਤੋਂ ਭਰਤੀਆਂ ਕੱਢ ਕੇ ਦੇਖ ਲਓ ਕਿਸੇ ਵੀ ਡਿਪਾਰਟਮੈਂਟ ਦੀ, ਤੁਸੀਂ ਪ੍ਰੋਫੈਸਰ ਦੀ ਗੱਲ ਕਰੋ, ਤੁਸੀਂ ਡਾਕਟਰ ਦੀ ਗੱਲ ਕਰੋ, ਤੁਸੀਂ ਟੀਚਰ ਦੀ ਗੱਲ ਕਰੋ, ਤੁਸੀਂ JEE ਦੀ ਗੱਲ ਕਰੋ, ਮੈਨੂੰ ਇਹ ਸਮਝ ਨਹੀਂ ਆਇਆ, ਤੁਸੀਂ ਪਟਵਾਰੀਆਂ ਦੀ ਗੱਲ ਕਰੋ ਭਈ, ਮੈਂ ਪਹਿਲਾਂ ਤਾਂ ਮਾਲ ਮਹਿਕਮੇ ਦੀ ਗੱਲ ਕਰੂੰਗਾ, 1999-90 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ। ਆਫਟਰ ਭਰਤੀ ਦੀ ਇੱਕ ਪ੍ਰਕਿਰਿਆ ਜਿਹੜੀ ਆ, ਉਹਨੂੰ ਪੂਰਾ ਕਰਨਾ ਪੈਂਦਾ, ਪਰਸੋਨਲ ਡਿਪਾਰਟਮੈਂਟਾਂ ਦੀਆਂ ਹਦਾਇਤਾਂ ਨੂੰ ਪੂਰਾ ਕਰਨਾ ਪੈਂਦਾ, ਔਰ ਜਿੰਨਾ ਟ੍ਰੇਨਿੰਗ ਸੈਸ਼ਨ ਉਹਨਾਂ ਨੂੰ ਮੱਦੇਨਜ਼ਰ ਰੱਖਣਾ ਪੈਂਦਾ। ਇਹ ਸਰਕਾਰ 'ਚ ਆ ਕੇ 700 ਤੋਂ ਜ਼ਿਆਦਾ ਡਾਕਟਰ ਭਰਤੀ ਹੋਏ ਆ, 1500 ਤੋਂ ਜ਼ਿਆਦਾ ਪਟਵਾਰੀ ਭਰਤੀ ਹੋਏ ਆ, ਤਾਂ ਵੱਖ ਵੱਖ ਮਹਿਕਮਿਆਂ ਦੇ JEE SDO ਜਿਹੜੇ 42,000 40,000 ਤੋਂ ਉੱਤੇ ਜਿਹੜੀ ਭਰਤੀ ਹੋਈ ਹੈ,
ਆਫਟਰ ਆਲ ਇੰਨੇ ਲੰਬੇ ਅਰਸੇ ਤੋਂ ਨਹੀਂ ਸੀ ਹੋਈ, ਉਹਦਾ ਨਤੀਜਾ ਹੈ ਵੀ ਹੈ ਨਹੀਂ ਗੇ, ਲੇਕਿਨ ਜਲਦ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਸਰਕਾਰ ਦੀ ਨਜ਼ਰ 'ਚ ਆ ਰਹੀਆਂ, ਉਹਨਾਂ ਲਈ ਵੀ ਕੰਮ ਚੱਲ ਰਿਹਾ, ਕੋਈ ਇੱਦਾਂ ਦੀ ਗੱਲ ਨਹੀਂ, ਜਲਦੀ ਪੂਰੀਆਂ ਹੋਣਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੂਰੇ ਦੇਸ਼ ਭਰ ਵਿੱਚ ਕਿਸਾਨਾਂ ਦੀਆਂ ਮੰਗਾਂ ਅਤੇ ਹੱਕ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਉੱਥੇ ਧੂਰੀ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਾਲ ਸੰਬੰਧਿਤ ਮੰਗਾਂ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਫਸਲਾਂ ਦਾ ਘੱਟ ਘੱਟ ਸਮਰਥਨ ਮੁੱਲ, ਪੂਰਨ ਕਰਜ਼ਾ ਮੁਆਫ਼ੀ, ਕਿਸਾਨ ਫਸਲ ਬੀਮਾ ਯੋਜਨਾ, ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਨਸ਼ਨ ਯੋਜਨਾ ਆਦਿ ਹੋਰ ਵੀ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਜਲਦੀ ਲਾਗੂ ਕੀਤਾ ਜਾਵੇ। ਦੇਵ ਸਿੰਘ ਵਰਪਾਲ, ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ। ਕੀ ਪ੍ਰੋਗਰਾਮ ਲਿਖਿਆ ਗਿਆ ਜੀ ਅੱਜ? ਅੱਜ ਜੀ ਅਸੀਂ ਪੂਰੇ ਭਾਰਤ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿਸਾਨਾਂ ਵੱਲੋਂ ਜਿਹੜਾ ਵਾ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ, ਟਰੈਕਟਰ ਪਰੇਡ ਕਰਾਂਗੇ ਸਰਕਾਰ ਦੇ ਬਰਾਬਰ 'ਤੇ ਜਾ ਕੇ ਕਰਨ ਜਾ ਰਹੇ ਹਾਂ, ਕਿਉਂਕਿ ਜਿੱਥੇ ਸਰਕਾਰ ਝੂਠੇ ਵਾਅਦੇ ਲੋਕਾਂ ਨਾਲ ਕਰਕੇ ਪਰੇਡ ਕਰਦੀ ਸੀਗੀ, ਉੱਥੇ ਅੱਜ ਕਿਸਾਨਾਂ ਅਤੇ ਮਜ਼ਦੂਰਾਂ ਨੇ ਵੀ ਦੱਸ ਦਿੱਤਾ ਵੀ ਅੱਜ ਅਸੀਂ ਆਪਣੀ ਹੱਕੀ ਮੰਗਾਂ ਵਾਸਤੇ ਜਿਹੜਾ ਵਾ ਆਪਣੇ ਸੰਵਿਧਾਨ ਦੀ ਰਾਖੀ ਕਰਨ ਵਾਸਤੇ ਜਿਹੜਾ ਟਰੈਕਟਰ ਪਰੇਡ ਜਿਹੜੀ ਆ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਆ ਹੋ ਰਹੀ ਹੈ। ਵੇਖੋ ਜੀ, ਸਾਡੀ MSP ਜਿਹੜੀ ਸੀ ਗਰੰਟੀ ਕਾਨੂੰਨ ਆ ਉਹ ਨਹੀਂ ਬਣਾਇਆ ਗਿਆ ਅੱਜ ਤੱਕ, ਜੋ ਕਿਸਾਨਾਂ ਦੇ ਝੂਠੇ ਪਰਚੇ ਪਾਏ ਗਏ ਸੀ ਉਹ ਰੱਦ ਨਹੀਂ ਕੀਤੇ ਗਏ, ਦੂਸਰਾ 2020 ਬਿਜਲੀ ਐਕਟ ਜਿਹੜਾ ਉਹਨੂੰ ਰੱਦ ਨਹੀਂ ਕੀਤਾ ਗਿਆ, ਇੱਕ ਜਿਹੜਾ ਸਾਡਾ ਪਾਣੀਆਂ ਦਾ ਬਹੁਤ ਵੱਡਾ ਮਸਲਾ ਆ ਉਹਨੂੰ ਹੱਲ ਨਹੀਂ ਕੀਤਾ ਜਾ ਰਿਹਾ, ਕਿਉਂਕਿ ਰਾਜਸਥਾਨ ਨੂੰ ਅਤੇ ਹਰਿਆਣੇ ਨੂੰ ਜਿਹੜਾ ਪਾਣੀ ਆ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਦੋ ਕਿਸਾਨ ਜਥੇਬੰਦੀ ਧੜੇ ਕਿਉਂ ਅਲੱਗ ਹੋ ਗਏ? ਵੇਖੋ ਜੀ, ਜਿਹੜਾ ਧੜੇ ਅਲੱਗ ਕੀਤੇ ਸੀ ਉਹ ਇਲੈਕਸ਼ਨਾਂ ਦੇ ਟਾਈਮ 'ਤੇ ਹੋ ਗਏ ਸੀਗੇ, ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਲੋਕਾਂ ਨੂੰ ਪਾੜਨ ਵਾਸਤੇ, ਪਰ ਜਿਹੜੀਆਂ 5 ਕਿਸਾਨ ਜਥੇਬੰਦੀਆਂ ਸੀ ਰਾਜੇਵਾਲ ਸਾਹਿਬ ਦੇ ਨਾਲ ਅਤੇ ਉਹ ਵੀ ਨਾਲ, ਅਤੇ ਹੁਣ 32 ਕਿਸਾਨ ਜਥੇਬੰਦੀਆਂ ਦੂਜੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਉਹ ਇਕੱਠੇ ਹੋ ਚੁੱਕੇ ਨੇ, ਸਾਰੇ ਜਲੰਧਰ ਦੇ ਵਿੱਚ ਇਕੱਠੇ ਹੋ ਗਏ ਨੇ, ਹੁਣ ਅਸੀਂ ਆਪਣਾ 28 ਤਰੀਕ ਨੂੰ ਚੰਡੀਗੜ੍ਹ ਵਿੱਚ ਬਹੁਤ ਵੱਡੀ ਮੀਟਿੰਗ ਕਰਕੇ ਅਤੇ ਅਗਲੇ ਸੰਘਰਸ਼ ਦੀ ਜਿਹੜੀ ਰੂਪ ਰੇਖਾ ਉਹਨੂੰ ਲਿਖਾਂਗੇ। ਅਸਰ ਹੋਵੇਗਾ ਕੇਂਦਰ ਸਰਕਾਰ ਦੇ ਉੱਪਰ ਅੱਜ ਦੇ ਫਲੈਗ ਮਾਰਚ ਦਾ? ਬਿਲਕੁਲ ਜੀ ਬਿਲਕੁਲ, ਅਸਰ ਤੇ ਜਿਹੜਾ ਵਾ ਮਤਲਬ ਇੱਕ ਪਿੰਡ ਦੇ ਵਿੱਚ 10 ਟਰੈਕਟਰ ਇਕੱਠੇ ਹੋ ਕੇ ਆ ਜਾਣ ਨਾ ਅਤੇ ਸਰਕਾਰਾਂ ਹਿੱਲ ਜਾਣੀਆਂ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਆ ਵੋਟਾਂ ਆਖਣ ਵਾਸਤੇ ਆਉਣਾ, ਕਿਉਂਕਿ ਹੁਣ 24 ਦੇ ਵਿੱਚ ਜਿਹੜਾ ਵਾ ਜੂਨ ਦੇ ਵਿੱਚ ਵੋਟਾਂ ਆ ਰਹੀਆਂ ਨੇ ਸਰਕਾਰ ਦੀਆਂ ਅਤੇ ਅਸੀਂ ਦੱਸ ਦਿਆਂਗੇ ਉਹਨਾਂ ਨੂੰ ਇੱਕਰਾਂ ਹੁਣ ਆਪਣਾ ਪਰੇਡ ਅੱਜ ਪਰੇਡ ਕੀਤੀ ਆ, ਲੋਕਾਂ ਨੂੰ ਲਾਮਬੰਦ ਕੀਤਾ ਵਾ, ਗਾਂ ਤੋਂ ਜਿਹੜੇ ਲੋਕ ਨੇ ਇਹਨਾਂ ਨੂੰ BJP ਸਰਕਾਰ ਨੂੰ ਜਿਹੜਾ ਵਾ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ। ਬਾਈਕਾਟ ਕੀਤਾ ਜਾਵੇ ਕਿ ਪਿੰਡਾਂ ਦੇ ਵਿੱਚ ਇਹਨਾਂ ਦਾ? ਬਿਲਕੁਲ ਜੀ ਬਿਲਕੁਲ, ਅਸੀਂ ਮਤਲਬ 28 ਤਰੀਕ ਨੂੰ ਮੀਟਿੰਗ ਕਰਨ ਜਾ ਰਹੇ ਹਾਂ, ਜੇ ਸਾਨੂੰ ਕੋਈ ਇਹੋ ਜਿਹਾ ਜਾਪਿਆ ਤੇ ਅਸੀਂ ਬਿਲਕੁਲ ਇਹਨਾਂ ਦਾ ਬਾਈਕਾਟ ਕਰਾਂਗੇ, ਨਹੀਂ ਪਿੰਡਾਂ 'ਚ ਵੜਨ ਦਿਆਂਗੇ। ਲੱਗਦਾ ਕਿ ਜੇ ਕਿਸਾਨਾਂ ਦੀਆਂ ਧੜੇਬੰਦੀਆਂ ਹੁੰਦੀਆਂ ਕੇਂਦਰ ਸਰਕਾਰ ਇਹਦਾ ਫਾਇਦਾ ਚੁੱਕ ਰਹੀ ਹੈ ਧੜੇਬੰਦੀਆਂ ਦਾ? ਬਿਲਕੁਲ ਜੀ, ਹੁਣ ਧੜੇਬੰਦੀ ਕਿਸਾਨਾਂ ਦੀ ਕੋਈ ਰਹਿ ਨਹੀਂ ਗਈ ਵੈ, ਬਾਕੀ ਜਿਨ੍ਹਾਂ ਦੀ ਹੈਗੀ ਆ 1-2 ਜਥੇਬੰਦੀਆਂ ਹੈਗੀਆਂ ਉਹਨਾਂ ਦਾ ਜਨਮ ਹੀ ਜਿਹੜਾ ਵਾ ਉਹ ਮਤਲਬ ਵੱਖਰਾ ਹੋ ਚੁੱਕਾ, ਉਹਨਾਂ ਦਾ ਬਹੁਤਾ ਕਿਸਾਨਾਂ ਦੇ ਉੱਤੇ ਜਾਂ ਮਜ਼ਦੂਰਾਂ ਉੱਤੇ ਕੋਈ ਅਸਰ ਹੋਣ ਵਾਲਾ ਨਹੀਂ, ਕਿਉਂਕਿ ਉਹ BJP ਦੀ ਵੈਸੇ ਹੀ BDM ਆ। ਰੋਡ ਮੈਪ ਕੀ ਰਿਹਾ ਜੀ ਅੱਜ ਦਾ? ਰੋਡ ਮੈਪ ਜਿਹੜਾ ਸਾਡਾ ਅੰਮ੍ਰਿਤਸਰ ਵਿੱਚ ਆ ਉਹ ਇੱਥੋਂ ਕੰਪਨੀ ਬਾਗ ਤੋਂ ਸ਼ੁਰੂ ਹੋ ਗਏ ਅਤੇ ਅਸੀਂ ਮਾਲ ਰੋਡ ਥਾਣੀ ਹੋ ਕੇ DC ਦਫ਼ਤਰ ਦੇ ਆਪਣਾ ਗੇਟ ਗਾੜੀ ਜਾ ਕੇ ਇਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਸਮਾਪਤ ਕਰ ਦਿਆਂਗੇ। ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੇ ਅੰਮ੍ਰਿਤਸਰ ਵਿੱਚ ਮੰਤਰੀ ਅਮਨ ਅਰੋੜਾ ਨੇ ਤਿਰੰਗਾ ਲਹਿਰਾਇਆ ਤੇ 126 ਜਵਾਨਾਂ ਨੂੰ ਸਨਮਾਨਿਤ ਕੀਤਾ। ਇਸ ਤੋਂ 2 ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਅਗਵਾਈ ਹੇਠ ਕਰਵਾਈ ਗਈ। ਸ਼ਹਿਰ ਦੇ 35 ਸਕੂਲਾਂ ਦੇ ਬੱਚਿਆਂ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ 8 ਆਈਟਮਾਂ ਪੇਸ਼ ਕੀਤੀਆਂ ਤੇ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਗ੍ਰੈਂਡ ਮਾਰਚ ਪਾਸਟ ਕੱਢਿਆ ਗਿਆ। ਮੈਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ, ਪੰਜਾਬ ਨਿਵਾਸੀਆਂ ਨੂੰ, ਦੇਸ਼ ਨਿਵਾਸੀਆਂ ਨੂੰ ਔਰ ਸਮੁੱਚੇ ਦੁਨੀਆ ਦੇ ਵਿੱਚ ਵੱਸਦੇ ਭਾਰਤੀਆਂ ਨੂੰ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। ਔਰ ਇਹ ਗਣਤੰਤਰ ਦਿਵਸ ਜਿਹੜਾ ਅੱਜ ਆਪਾਂ ਮਨਾ ਰਹੇ ਹਾਂ, ਸਾਡੇ
ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਇਹ ਦਿੱਤਾ। ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖਿਆ ਔਰ ਮੈਂ ਸਮਝਦਾ ਕਿ ਅੱਜ ਆਪਣੇ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹਾਂ। ਔਰ ਪੰਜਾਬ ਕਿਉਂਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਪੰਜਾਬ ਮੋਹਰੀ ਸੂਬਾ ਰਿਹਾ, ਅੱਜ ਤਰੱਕੀਆਂ ਦੀਆਂ ਲੀਹਾਂ ਦੇ ਉੱਪਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ। ਸੋ ਸਾਰਿਆਂ ਨੂੰ ਲੱਖ ਲੱਖ ਬਹੁਤ ਬਹੁਤ ਮੁਬਾਰਕ ਇਸ ਮੌਕੇ। ਦੇਖੋ ਜਿਹੜੀ ਆਜ਼ਾਦੀ ਲਈ ਉਹ ਲੋਕਤੰਤਰ ਸਥਾਪਿਤ ਕਰਨ ਵਾਸਤੇ ਲਈ ਇਹ ਐਨੂਅਲ ਪ੍ਰੋਸੈਸ ਹੈ। ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਆਉਂਦੀ ਰਹਿੰਦੀ, ਹਰ 5 ਸਾਲਾਂ ਮਗਰੋਂ ਦੁਬਾਰਾ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ। ਚੰਗੀ ਗੱਲ ਹੈ, ਲੋਕਾਂ ਨੂੰ ਇਹੀ ਅੱਜ ਦੀ ਮੌਕੇ, ਮੈਂ ਕੋਈ ਪੋਲੀਟੀਕਲ ਗੱਲ ਨਾ ਕਰਦਾ ਹੋਇਆ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਇਸ ਇਲੈਕਸ਼ਨ ਦੇ ਵਿੱਚ ਆਪਦੇ ਲੋਕ ਮਤ ਦਾ ਜਿਹੜਾ ਪਾਰਟੀਸਪੇਸ਼ਨ ਉਹਦੀ ਕਰਨੀ ਚਾਹੀਦੀ ਹੈ। ਪੂਰੀ ਦੀ ਪੂਰੀ ਤਿਆਰੀ ਹੈ ਜੀ। ਔਰ ਤਿਆਰੀ ਦੇਖੋ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਕੇਜਰੀਵਾਲ ਸਾਹਿਬ ਵੀ ਅਤੇ ਮਾਨ ਸਾਹਿਬ ਵੀ। ਕੇਜਰੀਵਾਲ ਸਾਹਿਬ, ਮਾਨ ਸਾਹਿਬ, ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਉਹ ਕੰਮਾਂ ਦੀ ਰਾਜਨੀਤੀ ਕਰਦੀ ਹੈ। ਔਰ ਇਹ ਜਿਹੜੇ 22 ਮਹੀਨੇ ਦੀ ਸਰਕਾਰ ਚੱਲੀ ਹੈ, ਅਸੀਂ ਆਪਦੇ ਕੰਮਾਂ ਦੇ ਦਮ ਦੇ ਉੱਪਰ ਅਸੀਂ ਲੋਕਾਂ ਦੇ ਵਿੱਚ ਆਵਾਂਗੇ। ਅਤੇ ਮੈਨੂੰ ਪੂਰਨ ਉਮੀਦ ਆਸ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ 13-0 ਦਾ ਰਿਜ਼ਲਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਆਉਣ ਜਾ ਰਿਹਾ। ਕਿਸਦੀ ਜੀ? ਐਡਮਿਨਿਸਟ੍ਰੇਟਿਵ ਇਸ਼ੂ ਹੋਊਗਾ ਜੀ, ਕੋਈ ਗੱਲ ਨਹੀਂ। ਕੰਮ ਤੁਹਾਡੇ ਦੇਖੋ, ਉਹ ਕਈ ਵਾਰੀ ਹੋ ਗਿਆ ਜੀ। ਦੇਖੋ ਇਸ ਤਰ੍ਹਾਂ ਹੈ ਕਿ ਐਡਮਿਨਿਸਟ੍ਰੇਟਿਵ ਡਿਲੇਜ਼ ਕਈ ਵਾਰੀ ਹੋ ਜਾਂਦੇ ਨੇ। ਕੰਮ ਅੰਮ੍ਰਿਤਸਰ ਡਿਸਟ੍ਰਿਕਟ ਦੇ ਨਾਲ ਨਾਲ ਕਾਰਪੋਰੇਸ਼ਨ ਦਾ ਵੀ ਵਧੀਆ ਚੱਲ ਰਿਹਾ, ਪਰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਤੈਨਾਤੀ ਨਹੀਂ ਹੋਈ ਹੈਗੀ, ਉਹ ਵੀ ਬੜੀ ਜਲਦੀ ਹੀ ਹੋ ਜਾਣੀ ਹੈ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।